श्री ललकुर साहब को सूची सिखों को समर्पित कर जा रहे हैं। ਇਹਨੂੰ ਅਸੀਂ ਸੌਂਪਣ ਲਈ ਤਖ਼ਤ ਕੇਸਗੜ੍ਹ ਸਾਹਿਬ ਆਏ ਹਾਂ। ਇਹ ਜਿਹੜਾ ਕਾਰਜ ਹੈਗਾ, ਇਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਜੀਵਨ ਯਾਤਰਾ, ਜਿਸ ਦਾ ਇਹ ਟਾਈਟਲ ਸਾਡੇ ਸੇਵਾ ਸੰਕਲਪ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ, ਲੇਕਿਨ ਪੰਜਾਬ ਸੂਬੇ ਦੀ ਆਨ ਬਾਨ ਸ਼ਾਨ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਜੀ ਹੁਣਾਂ ਦੀ ਗਾਈਡੈਂਸ ਦੇ ਨਾਲ ਇਸ ਦਾ ਜਿਹੜਾ ਟਾਈਟਲ ਹੈ, ਔਰ ਸਰ ਤਲਵਿੰਦਰ ਸਿੰਘ ਬੁੱਟਰ ਹੁਣਾਂ ਨੇ ਸਾਨੂੰ ਪਿਛਲੇ ਡੇਢ ਦੋ ਮਹੀਨੇ ਤੋਂ ਲਗਾਤਾਰ ਇਸ ਵਿੱਚ ਜਿੰਨੀ ਗਾਈਡੈਂਸ ਦਿੱਤੀ ਆ, ਅੱਜ ਅਸੀਂ ਤਖ਼ਤ ਕੇਸਗੜ੍ਹ ਸਾਹਿਬ ਜਥੇਦਾਰ ਸਾਹਿਬ ਨੂੰ ਇਹ ਜਿਹੜਾ ਪ੍ਰੋਜੈਕਟ ਹੈ ਸੌਂਪਣ ਆਏ ਹਾਂ, ਔਰ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਆਉਂਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ। ਲੁਧਿਆਣਾ ਨਿਵਾਸੀਆਂ ਵੱਲੋਂ ਜਿੱਥੇ ਪਹਿਲਾਂ ਵੀ ਉਹਨਾਂ ਨੇ ਸਤਿਗੁਰਾਂ ਦੇ 550 ਸਾਲਾਂ 'ਤੇ ਕਾਰਜ ਕੀਤੇ, ਸਮਾਜ ਸੇਵੀ ਕਾਫੀ ਕਾਰਜਯੋਗ ਪਿੱਛੇ ਵੀ ਕਰਦੇ ਰਹਿੰਦੇ ਨੇ, ਔਰ ਬਹੁਤ ਵੱਡਾ ਉਪਰਾਲਾ ਕਰਕੇ ਉਹਨਾਂ ਨੇ ਇੱਕ ਕੈਲੰਡਰ ਅੱਜ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਸੌਂਪਣਾ ਕੀਤਾ, ਜਿਸ ਵਿੱਚ ਉਹਨਾਂ ਨੇ ਬਹੁਤ ਵੱਡੀ ਇੱਕ ਮਿਹਨਤ ਕਰਕੇ ਗੁਰੂ ਸਾਹਿਬ ਦੇ ਪ੍ਰਕਾਸ਼ ਨੂੰ ਲੈ ਕੇ ਅਤੇ ਸ਼ਹਾਦਤ ਤੱਕ ਦਾ ਇੱਕ ਸਫ਼ਰ ਜਿਹੜਾ ਸੀ ਇੱਕ ਕੈਲੰਡਰ ਦੇ ਰੂਪ ਵਿੱਚ ਅੱਜ ਇਸ ਪਾਵਨ ਅਸਥਾਨ 'ਤੇ ਆ ਕੇ ਅਤੇ ਸੌਂਪਣਾ ਕੀਤਾ। ਹਰਪ੍ਰੀਤ ਸਿੰਘ ਸੰਧੂ ਹੋਰਾਂ ਦੀ ਬਹੁਤ ਵੱਡੀ ਇਹਦੇ ਵਿੱਚ ਮਿਹਨਤ ਹੈ ਕਿ ਉਹਨਾਂ ਨੇ ਆਪ ਆਪਣੇ ਹੱਥ ਵਿੱਚ ਕੈਮਰਾ ਲੈ ਕੇ ਅਤੇ ਵੱਖ ਵੱਖ ਸਥਾਨਾਂ 'ਤੇ ਜਾ ਕੇ ਇਹ ਬਹੁਤ ਵੱਡੀ ਮਿਹਨਤ ਕੀਤੀ ਹੈ। ਜਿੱਥੇ ਉਹ ਵਧਾਈ ਦੇ ਪਾਤਰ ਨੇ, ਉੱਥੇ ਗੁਰੂ ਚਰਨਾਂ ਵਿੱਚ ਇਹ ਅਰਦਾਸ ਵੀ ਹੈ ਕਿ ਸਤਿਗੁਰੂ ਉਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼।